ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆ ਸੈਟਰਡੇ, ਅੱਜ ਆਪਣਾ ਕਾਲਜ 'ਤੇ ਔਫ ਆ, ਪਰ ਕੰਮ ਹੈਗਾ ਆਪਣਾ 10 ਤੋਂ 6 ਵਜੇ ਤੱਕ, ਅਤੇ ਹੁਣ ਆਪਾਂ ਚੱਲੇ ਹਾਂ ਕੰਮ 'ਤੇ। ਅਜੇ 9:10 ਹੋਇਆ, 9:30 'ਤੇ ਬੱਸ ਆ ਆਪਣੀ, ਅੱਜ ਟਾਈਮ ਨਾਲ ਨਿਕਲਿਆ ਮੈਂ ਘਰੋਂ, ਅੱਜ ਆਰਾਮ ਨਾਲ ਜਾ ਸਕਦਾ, ਬੱਸ ਮਿਸ ਨਹੀਂ ਹੋਊਗੀ ਅੱਜ। ਚਲੋ ਚੱਲਦੇ ਹਾਂ ਹੁਣ ਕੰਮ 'ਤੇ, ਉਸ ਤੋਂ ਬਾਅਦ 'ਚ ਵੇਖਾਂਗੇ ਅੱਜ ਕੀ ਪਲੈਨ ਬਣਦਾ। 6 ਵਜੇ ਤੱਕ ਤਾਂ ਕੰਮ ਹੀ ਆ, ਜਾਂ ਤਾਂ ਘਰ ਹੀ ਆ ਜੂੰਗਾ ਸਿੱਧੇ, ਨਹੀਂ ਤਾਂ ਵੇਖਦੇ ਹਾਂ ਦੋਸਤਾਂ ਦਾਸਤਾਂ ਨਾਲ ਕਿਤੇ ਚੱਲ ਗਏ ਤੇ। ਚਲੋ ਲੈਟਸ ਸੀ। ਹਾਂਜੀ, ਹੁਣ ਆਪਾਂ ਆਏ ਹਾਂ ਕੰਮ ਤੋਂ, ਅਤੇ ਹੁਣ ਖਲੋਤੇ ਹਾਂ ਇੱਥੇ ਬੱਸ ਸਟੈਂਡ 'ਤੇ, ਬੱਸ ਦਾ ਵੇਟ ਕਰਾਂਗੇ। ਆਉਣੀ ਵਾਲੀ ਆ ਬਸ 5-10 ਮਿੰਟਾਂ 'ਚ, ਏਅਰਪੋਰਟ ਤੋਂ ਬਾਅਦ ਆਪਾਂ ਚੱਲਾਂਗੇ ਆਪਣੇ ਘਰ ਵੱਲ ਨੂੰ। ਹੋਰ ਤਾਂ ਕੁਛ ਅੱਜ ਕੀਤਾ ਜੀ, ਬਸ ਸਵੇਰ ਦੇ ਗਏ ਆ, ਉਹਦੇ ਬਾਅਦ ਉੱਥੇ ਤਾਂ ਹੁਣ ਨਿਕਲਿਆ, ਅੱਜ 6 ਵਜੇ ਆ, ਅਤੇ ਹੁਣ ਚੱਲਦੇ ਹਾਂ ਘਰ। ਦੇਖਦੇ ਹਾਂ ਕੀ ਕਰਦੇ, ਹੋ ਸਕਦਾ ਘਰ ਦਾ ਪਹਿਲਾਂ ਬਸ ਵੀ ਮੈਂ ਚੱਲਦਾ ਜਲਦੀ ਲੈ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਆ ਸੰਡੇ, ਅੱਜ ਤਾਂ ਸਨੋਅ ਹੀ ਬਹੁਤ ਜ਼ਿਆਦਾ ਪੈ ਗਈ ਆ, ਚੈੱਕ ਕਰੋ ਤੁਸੀਂ ਇੰਨੀ ਜ਼ਿਆਦਾ ਸਨੋਅ, ਮਤਲਬ ਕੀ ਹਾਲਤ ਬਣੀ ਪਈ ਆ। ਰਾਤ ਤਾਂ ਕੁਛ ਵੀ ਨਹੀਂ, ਬਸ ਰਾਤੀ ਰਾਤੀ ਇੰਨੀ ਪੈ ਗਈ। ਅਤੇ ਅੱਜ ਆਪਣਾ ਫਿਰ ਪਲੈਨ ਬਣ ਗਿਆ ਗੁਰਦੁਆਰੇ ਜਾਣ ਦਾ, ਅੱਜ ਫਿਰ ਚੱਲੇ ਗੁਰਦੁਆਰੇ, ਹਰ ਸੰਡੇ ਆਪਣਾ ਗੁਰਦੁਆਰਾ ਹੀ ਹੁੰਦਾ। ਅੱਜ ਛੁੱਟੀ ਸੀ ਤਾਂ ਹੀ ਕਰਕੇ ਹੁਣ ਚੱਲ ਚੱਲੇ ਹਾਂ ਗੁਰਦੁਆਰੇ। ਹੁਣ ਚੱਲ ਰਹੇ ਹਾਂ ਆਪਾਂ ਮਾਲ 'ਚ, ਕਿਉਂਕਿ ਇੱਥੇ ਵੀਰਾ ਬੈਠਾ ਜਿਹਦੇ ਨਾਲ ਆਪਾਂ ਜਾਣਾ, ਤਾਂ ਕਰਕੇ ਪਹਿਲਾਂ ਉਹਦੇ ਕੋਲ ਚੱਲਦੇ ਹਾਂ, ਫਿਰ ਉੱਥੋਂ ਚੱਲਾਂਗੇ। ਅੱਜ ਆਪਣੇ ਕੋਲ ਰਾਈਡ ਹੈਗੀ, ਅੱਜ ਰਾਈਡ ਵਾਲੇ ਨਾਲ ਹੀ ਚੱਲਾਂਗੇ। ਅੱਜ ਮਾਲ ਟਿਕਮ ਸਿੰਘ ਬੈਠਾ ਵੀਰਾ, ਹੁਣ ਆ ਗਿਆ ਆਪਾਂ ਇਹਨਾਂ ਕੋਲ। ਹਾਂਜੀ, ਕੀ ਹੋਇਆ ਜੇ ਆਇਆ ਨਹੀਂ, ਉਹ ਆਇਆ ਨਹੀਂ ਅਜੇ ਕੋਈ, ਆਪਣੀ ਉਹੀ ਆ ਜਿਹਨੇ ਪਿਛਲੀ ਵਾਰੀ ਆਪਾਂ ਨੂੰ ਛੱਡਿਆ ਸੀ, ਅਤੇ ਅੱਜ ਉਹੀ ਵੀਰ ਨੂੰ ਫਿਰ ਫੋਨ ਲਾਇਆ, ਅਤੇ ਉਹ ਵੀ ਆ ਗਿਆ ਹੈ। ਦੱਸੋ ਦੱਸੋ ਉੱਦਾਂ ਪੁੱਠਾ ਕਰਕੇ, ਆ ਭਾਜੀ ਆਏ ਸੀ ਰਾਈਡ ਤੇ ਲੈ ਕੇ, ਆ ਪਿਛਲੇ ਸੰਡੇ ਵਾਲੇ ਹੀ ਆ। ਬਹੁਤ ਬਹੁਤ ਧੰਨਵਾਦ, ਅੱਜ ਇਹਨਾਂ ਨੇ ਸਬਸਕ੍ਰਾਈਬ ਕੀਤਾ ਚੈਨਲ, ਇਹਨਾਂ ਨੂੰ ਚੈਨਲ ਹੀ ਨਹੀਂ ਮਿਲਿਆ। ਚਲੋ ਬਾਏ ਬਾਏ, ਮਿਲਦੇ ਅਗਲੇ ਸੰਡੇ। ਓਕੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੁਬਾਰਾ ਆ ਗਿਆ ਮੰਡੇ, ਅੱਜ ਆਪਾਂ ਹੁਣ ਫਿਰ ਚੱਲੇ ਹਾਂ ਕਾਲਜ। ਕੱਲ੍ਹ ਵਾਲਾ ਵਲੋਗ ਛੋਟਾ ਹੀ ਰਹਿ ਗਿਆ, ਮਤਲਬ 3 ਦਿਨਾਂ ਤੋਂ ਚੱਲਿਆ ਹੋਣ ਡਿਆ, ਪਰ ਜ਼ਿਆਦਾ ਕੁਛ ਕਰ ਨਹੀਂ ਰਿਹਾ ਤਾਂ ਕਰਕੇ ਵਲੋਗ ਬਣ ਨਹੀਂ ਪਾਉਣ ਡਿਆ। ਚਲੋ ਅੱਜ ਕੰਪਲੀਟ ਕਰ ਦਾਂਗੇ ਇਹਨੂੰ, ਅਤੇ ਬਰਫ਼ ਵੇਖ ਸਕਦੇ ਹੋ ਤੁਸੀਂ, ਪਤਾ ਕੁਝ ਨਹੀਂ ਰਿਹਾ ਚੰਗੀ ਤਰ੍ਹਾਂ। ਪਰ ਅਜੇ ਤੱਕ ਠੀਕ ਆ, ਉੱਦਾਂ ਕੋਈ ਦਿੱਕਤ ਨਹੀਂ ਹੁੰਦੀ, ਧੁਰਨ 'ਚ ਵਧੀਆ ਚੱਲਣ ਡਿਆ ਅਜੇ। ਚਲੋ ਚੱਲਦੇ ਹਾਂ ਹੁਣ ਆਪਾਂ ਕਾਲਜ, ਅਤੇ ਮਿਲਾਂਗੇ ਤੁਹਾਨੂੰ ਕਾਲਜ ਜਾ ਕੇ। ਹਾਂਜੀ, ਇਹ ਮਿਲ ਗਿਆ ਆਪਾਂ ਨੂੰ ਫਿਰ ਹੁਣ ਆਪਾਂ ਫਿਰ ਚੱਲੇ ਅਸਾਈਨਮੈਂਟ ਕਰਨ, ਹੁਣ ਆਪਾਂ ਅੱਜ ਹੁਣ ਫਿਰ ਕਰਦੇ ਚੱਲਦੇ ਹਾਂ ਅਸਾਈਨਮੈਂਟ। ਵੀਰੇ ਰੋਕਸਟਾਰ, ਜਿਹੜਾ ਰੋਕਸਟਾਰ ਤੇਰਾ ਭਾਬੀ ਲੱਭ ਲਈ ਆਪਾਂ, ਸਹੀ ਹੈ, ਚੰਗੀ ਗੱਲ, ਲੱਭਣੀ ਵੀ ਚਾਹੀਦੀ ਹੈ। ਹਾਂਜੀ, ਅਸਾਈਨਮੈਂਟ ਆਪਾਂ ਕੰਪਲੀਟ ਕਰ ਲਈ, ਅਤੇ ਹੁਣ ਚੱਲੇ ਹਾਂ ਕਲਾਸ ਵੱਲ। ਇਹ ਵੇਖ ਲਓ, ਇਹ ਵੀ ਆ ਚੁੱਕੇ ਨੇ, ਮਿਲੋ ਇਹਨਾਂ, ਇਹ ਤੁਹਾਡੀ ਭੁੱਲੀ ਬਲੋਗ। ਚਲੋ ਚੱਲਦੇ ਹੁਣ ਕਲਾਸ ਵੱਲ। ਹਾਂਜੀ, ਕਲਾਸ ਆਪਣੀ ਅੱਜ 1 ਹੀ, ਅਤੇ ਕਲਾਸ ਹੋ ਗਈ ਹੁਣ ਖਤਮ, ਅਤੇ ਹੁਣ ਖਲੋਤੇ ਹਾਂ ਬੱਸ ਸਟੋਪ, ਅਤੇ ਅੱਜ ਕਾਰਡ ਲੈਣ ਜਾਣਾ ਮੈਂ, ਜੀ ਆਈ ਸੀ ਦਾ ਕਾਰਡ ਮੇਰਾ ਹੁਣ ਆਇਆ ਜਾਵੇ, ਅਤੇ ਉਹ ਲੈ ਕੇ ਆਵਾਂਗੇ। ਹੁਣ ਚੱਲਦੇ ਹਾਂ, ਹੁਣ ਆਇਆ ਸੀ ਉਹਦਾ ਘਰ, ਡਿਲੀਵਰੀ ਆ ਗਈ, ਪਰ ਘਰ ਕੋਈ ਹੈਗਾ ਨਹੀਂ, ਤਾਂ ਕਰਕੇ ਉਹ ਵਾਪਸ ਲੈ ਗਏ, ਹੁਣ ਜਾਣਾ ਪੈਣਾ ਲੈਣ, ਅਤੇ ਹੁਣ ਉੱਥੇ ਚੱਲੇ ਹਾਂ, ਅਤੇ ਜਾ ਕੇ ਹੁਣ ਕਾਰਡ ਲੈ ਕੇ ਆਉਂਦੇ। ਆਪਾਂ ਕਾਰਡ ਲੈ ਆਏ ਸੀ ਜਾ ਕੇ ਜੀ ਆਈ ਸੀ ਦਾ, ਅਤੇ ਹੁਣ ਬੈਠੇ ਆ ਕੇ ਕੰਮ 'ਤੇ, 3 ਘੰਟੇ ਹੋ ਗਏ ਆ ਸ਼ੁਰੂ ਕੀਤੇ ਨੂੰ, ਬਸ ਅਜੇ 4-5 ਘੰਟੇ ਹੋਰ ਲਾਉਣੇ ਆ, ਫਿਰ ਉਸ ਤੋਂ ਬਾਅਦ ਚੱਲਾਂਗੇ ਆਪਾਂ ਘਰ। ਅਤੇ ਇਹ ਵਲੋਗ ਆਪਾਂ ਚਲੋ ਇੱਥੇ ਖਤਮ ਕਰਦੇ ਹਾਂ, ਕਿਉਂਕਿ ਇਸ ਤੋਂ ਬਾਅਦ 'ਚ ਤਾਂ ਸਿੱਧੇ ਘਰ ਹੀ ਜਾਣਾ, ਅਤੇ ਇਹੋ ਜਿਹਾ ਕੁਛ ਕੰਮ ਹੈ, ਵੇਖ ਲਓ ਤੁਸੀਂ। ਓਕੇ, ਮਿਲਾਂਗੇ ਤੁਹਾਨੂੰ ਅਗਲੇ ਵਲੋਗ 'ਚ, ਬਾਏ, ਟੇਕ ਕੇਅਰ।